ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀਆ ਨੂੰ ਹੁਣੇ ਹੁਣੇ ਇਹਨਾਂ ਥਾਵਾਂ 'ਤੇ ਭਾਰੀ ਮੀਂਹ ਅਤੇ ਤੂਫਾਨ ਨਾਲ ਹੋਈ 57 ਲੋਕਾਂ ਦੀ ਦਰਦਨਾਕ ਮੌਤ ਆ। ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ, ਵੀਡੀਓ ਨੂੰ ਹੱਥ ਤੋਂ ਵੱਲ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਮੌਨਸੂਨ ਤੋਂ ਪਹਿਲਾਂ ਕੁਝ ਰਾਜਾਂ ਵਿੱਚ ਤੂਫਾਨ ਅਤੇ ਮੀਂਹ ਨੇ ਤਬਾਹੀ ਮਚਾ ਦਿੱਤਾ ਹੈ। ਬਿਹਾਰ, ਅਸਾਮ ਅਤੇ ਕਰਨਾਟਕ ਹੀ ਅਜਿਹੇ 3 ਰਾਜ ਨੇ ਜਿੱਥੇ ਬਿਜਲੀ ਡਿੱਗਣ ਅਤੇ ਹੜ੍ਹਾਂ ਕਾਰਨ 57 ਲੋਕਾਂ ਦੀ ਜਾਨ ਚਲੀ ਗਈ। ਅਸਾਮ ਵਿੱਚ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਇੱਥੇ ਬ੍ਰਹਮਪੁੱਤਰ ਵਿੱਚ ਆਏ ਹੜ੍ਹਾਂ ਅਤੇ ਇਸ ਦੇ ਨਾਲ ਵਗਦੀਆਂ ਨਦੀਆਂ ਨੇ ਅਜਿਹਾ ਕਹਿਰ ਮਚਾਇਆ ਕਿ ਸੈਂਕੜੇ ਪਿੰਡ ਜਲ ਸਮਾਧੀ ਲੈ ਗਏ। ਇਸ ਦੇ ਨਾਲ ਹੀ ਹੜ੍ਹ ਨਾਲ 7 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਫਸਲਾਂ ਵੀ ਤਬਾਹ ਹੋ ਗਈਆਂ। ਅਸਾਮ ਵਿੱਚ 500 ਤੋਂ ਵੱਧ ਲੋਕ ਰੇਲ ਪਟਰੀਆਂ 'ਤੇ ਰਹਿਣ ਲਈ ਮਜਬੂਰ ਹੋ ਗਏ। ਇੱਥੇ ਹੁਣ ਤੱਕ 15 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ 33 ਮੌਤਾਂ ਬਿਹਾਰ ਵਿੱਚ ਹੋਈਆਂ। ਇਸ ਨਾਲ ਹੀ ਕਰਨਾਟਕ ਵਿੱਚ 9 ਮੌਤਾਂ ਦੀ ਖਬਰ ਹੈ। ਇਸ ਦੇ ਨਾਲ ਦਿੱਲੀ 'ਚ ਆਉਣ ਵਾਲੀਆਂ 10 ਫਲਾਈਟਾਂ ਨੂੰ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਾ ਪਿਆ। ਖਬਰ ਲਾਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ